ਅੰਮ੍ਰਿਤਸਰ ਵਿੱਚ ਹੋਣ ਜਾ ਰਹੀਆਂ 17 ਦਸੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ, ਜਿਸ ਦਾ ਕਿ 17 ਦਸੰਬਰ ਨੂੰ ਹੀ ਨਤੀਜਾ ਹੋਵੇਗਾ, ਪਰ ਕਈ ਕਾਂਗਰਸੀ ਉਮੀਦਵਾਰ ਅਤੇ ਉਹਨਾਂ ਦੇ ਵਰਕਰਾਂ ਨੇ ਚੋਣਾਂ ਤੋਂ ਪਹਿਲੇ ਹੀ ਆਪਣੀ ਵਾਰਡ ਵਿੱਚ ਜਿੱਤ ਪੱਕੀ ਸਮਝੀ ਹੋਈ ਹੈ। ਗੱਲ ਕਰ ਰਹੇ ਹਾਂ ਵਾਰਡ ਨੰਬਰ 31 ਦੀ, ਜਿੱਥੋਂ ਦੇ ਇਲਾਕਾ ਨਿਵਾਸੀਆਂ ਨੇ ਆਪਣੇ ਕਾਂਗਰਸੀ ਉਮੀਦਵਾਰ ਸੀਤਾ ਬਾਜਵਾ ਨੂੰ ਵੋਟਾਂ ਤੋਂ ਪਹਿਲੇ ਹੀ ਲੱਡੂਆਂ ਵਿੱਚ ਤੋਲ ਦਿੱਤਾ ਤੇ ਕਾਂਗਰਸ ਦੀ ਜਿੱਤ ਪੱਕੀ ਹੋਣ ਦਾ ਦਾਵਾ ਕਰਕੇ ਪੂਰੇ ਇਲਾਕੇ ਵਿੱਚ ਲੱਡੂ ਵੀ ਵੰਡੇ। ਇਸ ਮੌਕੇ ਵਾਰਡ ਨੰਬਰ 31 ਤੋਂ ਸੁਖਵਿੰਦਰ ਸਿੰਘ ਰਾਜੂ, ਕਾਲੀਦਾਸ, ਨਿੰਦਰ ਸਿੰਘ ਠੇਕੇਦਾਰ, ਗੁਰਪ੍ਰੀਤ ਸਿੰਘ, ਸ਼ਕਤੀ ਸਿੰਘ ਵੱਲਾ ਅਤੇ ਹੋਰ ਇਲਾਕਾ ਨਿਵਾਸੀ ਵੀ ਹਾਜ਼ਰ ਰਹੇ। ਕਿੰਨੇ ਨੰਬਰ ਵਾਰਡ ਤੋਂ ਜੀ? 31 ਨੰਬਰ ਵਾਰਡ ਤੋਂ। ਅੱਜ ਜੋ ਤੁਹਾਨੂੰ ਇਲਾਕਾ ਨਿਵਾਸੀਆਂ ਨੇ ਲੱਡੂਆਂ ਨਾਲ ਤੋਲਿਆ, ਅਜੇ ਕਿ ਜਿੱਤ ਤੋਂ ਬਾਅਦ ਤੋਲੀ ਦਾ ਤੁਹਾਨੂੰ ਪਹਿਲੇ ਹੀ ਤੋਲਤਾ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਧੰਨਵਾਦ ਮੈਂ ਕਰਦੀ ਭੈਣ ਭਰਾਵਾਂ ਦਾ, ਬਹੁਤ ਵੱਡੀ ਲੀਡ ਤੇ ਮੈਨੂੰ ਜਿਤਾਉਣਗੇ। ਵੇਖੋ ਜੀ, ਸਾਡੇ ਵਾਰਡ ਨੰਬਰ 31 ਦਾ ਪਿਆਰ ਆ, ਉਤਸ਼ਾਹ ਆ ਸਾਰੇ ਪੂਰੀ ਪਬਲਿਕ ਦੇ ਵਿੱਚ ਕਿ ਕਾਂਗਰਸ ਦੀ ਪੰਜਾਬ ਸਰਕਾਰ ਵੀ ਲਿਆਂਦੀ ਆ ਤੇ ਨਗਰ ਨਿਗਮ ਦੇ ਵਿੱਚ ਵੀ ਅਸੀਂ ਆਪਣੀ ਸਰਕਾਰ ਤੇ ਆਪਣਾ ਕੈਂਡੀਡੇਟ ਵਾਰਡ ਨੰਬਰ 31 ਤੋਂ ਸੀਤਾ ਬਾਜਵਾ ਨੂੰ ਪੂਰੇ ਜੋਸ਼ ਦੇ ਨਾਲ ਜਿਤਾ ਕੇ ਤੇ ਨਗਰ ਨਿਗਮ ਆਪਣਾ ਮੇਅਰ ਬਣਾਈਏ। ਅੰਮ੍ਰਿਤਸਰ ਤੋਂ ਮਨਜੀਤ ਸਿੰਘ ਤੇ ਹਨੀ ਮਹਿਰਾ, ਜੀਵੇ ਪੰਜਾਬ ਟੀਵੀ।